ਨਮਸਕਾਰ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਸਮ ਸੋਨੀਆ ਪਹਿਲਾ ਇੱਕ ਨਜ਼ਰ ਚੁਣਵੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਰੀਬ ਵਰਗ ਲਈ ਜੋ ਕੰਮ ਪਿਛਲੇ 6 ਸਾਲਾਂ ਦੌਰਾਨ ਹੋਈ ਨਹੀਂ ਉਹ ਪਹਿਲਾਂ ਕਦੇ ਨਹੀਂ ਹੋਇਆ ਇਹ ਰੇੜੀ ਫੜੀ ਵਾਲਿਆਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸ਼ੇਸ਼ ਯੋਜਨਾ ਪ੍ਰਧਾਨ ਮੰਤਰੀ ਸਵੈ ਨidhi ਸਕੀਮ ਤਹਿਤ ਮਧ ਪ੍ਰਦੇਸ਼ ਦੇ ਲੋਕਾਂ ਨੂੰ ਵੀਡੀਓ ਕਾਨਫਰੈਂਸ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਗਰੀਬਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਨੂੰ ਸਰਕਾਰ ਨੇ ਸਹੀ ਮਾਰਾਂਹੀਂ ਦੂਰ ਕੀਤਾ ਦੇਸ਼ ਦੀ ਦੂਜੀ ਅਤੇ ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਇਹ ਕਿਸਾਨ ਰੇਲ ਆਂਧ ਪ੍ਰਦੇਸ਼ ਦੇ ਅਨੰਤਪੁਰ ਤੋਂ ਦਿੱਲੀ ਦੇ ਆਦਰਸ਼ ਨਗਰ ਰੇਲਵੇ ਸਟੇਸ਼ਨ ਤੱਕ ਖੇਤੀ ਜਨਸਾਂ ਦੀ ਟੂਆ ਟੁਆਈ ਕਰੇਗੀ ਵਲਕੇ ਅੰਬਾਲਾ ਇਹ ਰਵੇ ਇਸ ਤੇ ਰਾਫੇਲ ਲੜਾਕੂ ਜਹਾਜ਼ ਦੇ ਪਹਿਲੇ ਬੈਚ ਨੂੰ ਭਾਰਤੀ ਹਵਾਈ ਸੈਨਾ ਵਿੱਚ ਰਸਮੀ ਤੌਰ ਤੇ ਸ਼ਾਮਲ ਕਰਨ ਸੰਬੰਧੀ ਸਮਾਗਮ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਉਹਨਾਂ ਦੀ ਫ੍ਰਾਂਸੀਸੀ ਹਮੋਦਾ ਫਲੋਰੈਂਸ ਪਾਰਲੀ ਵੀ ਸ਼ਾਮਲ ਹੋਣਗੇ। ਸਿਹਤ ਮੰਤਰਾਲੇ ਨੇ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਲਈ ਸਕੂਲਾਂ ਨੂੰ ਅੰਸ਼ਕ ਤੌਰ ਤੇ ਖੋਲਣ ਸੰਬੰਧੀ ਇਹ ਨਿਰਦੇਸ਼ ਜਾਰੀ ਕੀਤੇ। ਨਿਰਦੇਸ਼ਾਂ ਮੁਤਾਬਕ ਸਕੂਲਾਂ ਨੂੰ ਬੱਚਿਆਂ ਦੇ ਮਾਪਿਆਂ ਤੋਂ ਲਿਖਤੀ ਰੂਪ ਵਿੱਚ ਸਹਿਮਤੀ ਲੈਣੀ ਹੋਵੇਗੀ। 50 ਫੀਸਡ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸੱਦੇ ਜਾਣ ਦੀ ਹਦਾਇਤ ਪਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਦੀ ਦਰ ਵੱਧ ਕੇ 77.7% ਤੇ ਪੁੱਜੀ ਪਿਤੇ ਦਿਨ ਮਹਾਮਾਰੀ ਦੇ 99706 ਨਵੇਂ ਕੇਸਾਂ ਦੀ ਪੁਸ਼ਟੀ 1115 ਮਰੀਜ਼ਾਂ ਦੀ ਮੌਤ ਪੰਜਾਬ ਵਿੱਚ ਲਗਾਤਾਰ ਵਾਧੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਸਮੇਤ ਪਟਿਆਲਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਦੇ ਲੋਕਾਂ ਨੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯਤਨਾ ਦੀਸ਼ ਲਗਾਤੀ ਸੀ ਅਤੇ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਮਿਲਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਤੇ ਹੁਣ ਖਬਰਾਂ ਦਾ ਵਿਸਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਗਰੀਬਾਰੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾ ਹੁੰਦੀ ਰਹੀ ਹੈ ਪਰ ਗਰੀਬ ਵਰਗ ਲਈ ਜੋ ਕੰਮ ਪਿਛਲੇ 6 ਸਾਲਾਂ ਦੌਰਾਨ ਹੋਏ ਨਹੀਂ ਉਹ ਪਹਿਲਾਂ ਕਦੇ ਨਹੀਂ ਹੋਏ। ਅੱਜ ਵੀਡੀਓ ਕਾਨਫਰੰਸ ਰਾਹੀਂ ਰੇੜੀ ਫੜੀ ਵਾਲਿਆਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸ਼ੇਸ਼ ਯੋਜਨਾ ਪ੍ਰਧਾਨ ਮੰਤਰੀ ਸਵੈ ਨidhi ਸਕੀਮ ਤਹਿਤ ਮਧ ਪ੍ਰਦੇਸ਼ ਦੇ ਲਾਪਾਤਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਕਿਸੇ ਸੈਕਟਰ ਵਿੱਚ ਗਰੀਬਾਂ ਨੂੰ ਕਿਸ ਤਰ੍ਹਾਂ ਦੀ ਘਾਟ ਸੀ ਸਰਕਾਰ ਨੇ ਉਸ ਨੂੰ ਸਕੀਮਾਂ ਰਾਹੀਂ ਦੂਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ ਨਿਰਭਰਤਾ ਯੋਜਨਾ ਦਾ ਮਕਸਦ ਕੋਰੋਨਾ ਕਰਕੇ ਆਪਣੇ ਕਾਰੋਬਾਰ ਜਾਂ ਕੰਮਕਾਰ ਗਵਾ ਚੁੱਕੇ ਗਰੀਬ ਵਰਗ ਦੇ ਲੋਕਾਂ ਨੂੰ ਆਪਣਾ ਕੰਮ ਮੁੜ ਸ਼ੁਰੂ ਕਰਨ ਲਈ ਆਸਾਨ ਪੂੰਜੀ ਮੁਹੱਈਆ ਕਰਾਉਣਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਦੇਸ਼ ਭਰ ਦੇ ਲੱਖਾਂ ਰੇੜੀ ਫੜੀ ਵਾਲੇ ਲੋਕ ਸਹੀ ਮਾਇਨਿਆਂ ਵਿੱਚ ਇੱਕ ਸਿਸਟਮ ਨਾਲ ਜੁੜੇ ਨੇ ਅਤੇ ਉਹਨਾਂ ਦੀ ਆਪਣੀ ਪਛਾਣ ਹੈ। ਸਵੈ ਨidhi ਸਕੀਮ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਨਾ ਕਿਹਾ ਕਿ ਇਸ ਸਕੀਮ ਰਾਹੀਂ ਰੇੜੀ ਫੜੀ ਵਾਲੇ ਕਰਜ਼ੇ ਤੇ ਵਿਆਜ ਤੋਂ ਪੂਰੀ ਤਰ੍ਹਾਂ ਮੁਕਤ ਹੋ ਸਕਣਗੇ ਉਹਨਾਂ ਦੱਸਿਆ ਕਿ ਸਕੀਮ ਤਹਿਤ ਪਹਿਲਾਂ ਹੀ 7% ਵਿਆਜ ਦੀ ਛੋਟ ਦਿੱਤੀ ਜਾ ਰਹੀ ਹੈ ਪਰ ਜੇ ਰੇੜੀ ਫੜੀ ਵਾਲੇ ਕੁਝ ਲੋਕਾਂ ਦਾ ਧਿਆਨ ਰੱਖਣ ਤਾਂ ਉਹਨਾਂ ਨੂੰ ਉਹ ਵੀ ਨਹੀਂ ਭਰਨਾ ਪਵੇਗਾ। ਸਾਡੇ ਜੋ ਗਰੀਬ ਭਾਈ-ਭੈਣਾਂ ਹੈ ਜੋ ਸ਼ਰਮਿਕ ਸਾਥੀ ਹੈ ਜੋ ਰੇੜੀ ਪਟਰੀ ਵਾਲੇ ਸਾਥੀ ਹੈ ਇਨ ਸਭ ਸੇ महामारी के संकट को उन सब ने बहुत ज्यादा महसूस किया है अनेकों ऐसे साथी हैं जो किसी दूसरे शहर में काम करते थे लेकिन महामारी के दौरान उन्हें अपने गांव लौटना पड़ा और इसलिए कोरोना वैश्विक महामारी के दौरान पहले दिन से सरकार का देश का ये प्रयास रहा है कि गरीब की जितनी दिक्कतें हम कम कर सके उसको कम करने के लिए सक्रिय रूप से प्रयास करें। देश के दूजे दखण भारत की पहली किसान रेल गड्डी अज सवेरे हरी झंडी विखा के रवाना किया गया एक किसान रेल गड्डी आंध्र प्रदेश के अनंतपुर तो दिल्ली के आदर्श नगर रेलवे स्टेशन तक खेती धनसा की ढो ढुआई करेगी ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਹਲਾਈ ਮੰਤਰੀ ਨਰਿੰਦਰ ਸਿੰਘ ਤੂਮਰ ਰੇਲਵੇ ਰਾਜ ਮੰਤਰੀ சுரேਸ਼ ਸੀ ਅੰਗਾੜੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਵੀਡੀਓ ਲਿੰਕ ਰਾਹੀਂ ਇਸ ਗੱਡੀ ਨੂੰ ਹਰੀ ਝੰਡੀ ਦਿਖਾਉਣ ਸੰਬੰਧੀ ਸਮਾਗਮ ਵਿੱਚ ਮੌਜੂਦ ਰਹੇ ਇਸ ਮੌਕੇ ਬੋਲਦਿਆਂ ਨਰਿੰਦਰ ਸਿੰਘ ਤੂਮਰ ਨੇ ਕਿਹਾ ਕਿ ਕਿਸਾਨ ਰੇਲ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿੱਚ ਵੱਡਾ ਰੋਲ ਅਦਾ ਕਰੇਗੀ ਉਨ੍ਹਾਂ ਕਿਹਾ ਕਿ ਖੇਤੀ ਜਨਸਾਂ ਤੇ ਵਸਤਾਂ ਦੀ ਟੂਆ ਟੋਆ ਲਈ ਕਿਸਾਨ ਰੇਲ ਸ਼ੁਰੂ ਕਰਨ ਦਾ ਐਲਾਨ ਕੇਂਦਰੀ ਬਜਟ ਵਿੱਚ ਕੀਤਾ ਗਿਆ ਸੀ ਉਨਾ ਦੇਸਾਇਕ ਸਰਕਾਰ ਖੇਤੀ ਹੀ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਉਡਾਣ ਪ੍ਰੋਗਰਾਮ ਸ਼ੁਰੂ ਕਰੇਗੀ। ਇਸ ਮੌਕੇ ਰੇਲਵੇ ਰਾਜ ਮੰਤਰੀ ਸੁਰੇਸ਼ ਸੀਆੰਗੜੀ ਨੇ ਕਿਹਾ ਕਿ ਰੇਲਵੇ ਮੰਤਰਾਲਾ ਕਿਸਾਨਾਂ ਦੀ ਆਮਦਨ ਵਧਾਉਣ ਤੇ ਦਿਨ ਰਾਤ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਆਪਣੀ ਜਣਸ ਦਾ ਵਧੀਆ ਭਾਅ ਮਿਲੇ। ਜੈ ਕਯੋਗਾ ਕੀ ਬਹੁਤ ਚਰਚਿਤ ਪਹਿਲੀ ਕਿਸਾਨ ਰੇਲ 7 ਅਗਸਤ ਨੂੰ ਚਾਲੂ ਕੀਤੀ ਗਈ ਸੀ ਅਤੇ ਇਹ ਕਿਸਾਨ ਰੇਲ ਮਹਾਰਾਸ਼ਟਰ ਦੇ ਦੇਵਲਾਲੀ ਅਤੇ ਬਿਹਾਰ ਦੇ ਦਾਨਾਪੁਰ ਰੇਲਵੇ ਸਟੇਸ਼ਨਾਂ ਵਿਚਾਲੇ ਚਲਦੀ ਹੈ। ਭਲਕੇ 에ਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਵਿੱਚ ਰਾਫੇ ਲੜਾਕੂ ਹਵਾਈ ਜਹਾਜ਼ਾਂ ਦੇ ਪਹਿਲੇ ਬੈਚ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰਨ ਬਾਰੇ ਕਰਵਾਈ ਜਾਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਮੌਜੂਦ ਰਹਣਗੇ। ਰੱਖਿਆ ਮੰਤਰਾਲੇ ਅਨੁਸਾਰ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ 17 ਸਕੁਐਡਨ ਗੋਲਡਨ ਐਰੋਜ਼ ਦਾ ਹਿੱਸਾ ਹੋਵੇਗਾ ਦੇਖੋ ਇਹ ਹੋਗਾ ਕਿ ਪਹਿਲੇ 5 ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ 27 ਜੁਲਾਈ ਨੂੰ ਅੰਬਾਲਾ 에ਅਰ ਬੇਸ ਤੇ ਪਹੁੰਚੇ ਸਨ ਫਲੋਰੈਂਸ ਪਾਰਲੀ ਇਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਭਾਰਤ ਦੇ ਦੌਰੇ ਤੇ ਆ ਰਹੇ ਨੇ ਫਲੋਰੈਂਸ ਪਾਰਲੀ ਦਾ 2017 ਤੋਂ ਬਾਅਦ ਭਾਰਤ ਦਾ ਇਹ ਤੀਜਾ ਦੌਰਾ ਹੋਵੇਗਾ ਆਪਣੇ ਇਸ ਦੌਰੇ ਦੌਰਾਨ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਵੀ ਕਰਨਗੇ ਇਹਨਾਂ ਮੀਟਿੰਗਾਂ ਦੌਰਾਨ ਦੋਵੇਂ ਧਿਰਾਂ ਵੱਲੋਂ ਰੱਖਿਆ ਸੰਚਾਲਨ ਸਹਿਯੋਗ ਖਾਸ ਕਰਕੇ ਭਾਰਤ ਪ੍ਰਸ਼ਾਂਤ ਖੇਤਰ ਅਤੇ ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਤੇ ਕਾਬੂ ਪਾਉਣ ਲਈ ਸਹਿਯੋਗ ਬਾਰੇ ਚਰਚਾ ਹੋਣੀ ਦੀ ਸੰਬਾਫ ਨਾਈ ਕੇਂਦਰੀ ਸਿਹਤ ਮੰਤਰਾਲੇ ਨੇ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਲਈ ਸਕੂਲਾਂ ਨੂੰ ਅੰਸ਼ਕ ਤੌਰ ਤੇ ਖੋਲਣ ਸੰਬੰਧੀ ਮਾਨਕ ਸੰਚਾਲਨ ਪ੍ਰਕਿਰਿਆ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਪ੍ਰਕਿਰਿਆ ਵਲੰਟੀਅਰ ਆਧਾਰ ਤੇ ਹੋਵੇਗੀ ਜਿਸ ਲਈ ਸਕੂਲ ਬੱਚਿਆਂ ਦੇ ਮਾਪਿਆਂ ਤੋਂ ਲਿਖਤੀ ਰੂਪ ਵਿੱਚ ਸਹਿਮਤੀ ਲੈਣਗੇ ਨਿਰਦੇਸ਼ਾਂ ਅਨੁਸਾਰ ਬੱਚਿਆਂ ਤੇ ਕਾਪੀਆਂ ਕਿਤਾਬਾਂ ਪੈਨ ਪੈਂਸਲ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਨ ਤੇ ਪਾਬੰਦੀ ਲਾਈ ਗਈ ਹੈ ਇਸ ਤੋਂ ਇਲਾਵਾ ਸਕੂਲ ਵਿੱਚ ਕੋਵਿਡ ਲੱਛਣਾਂ ਤੋਂ ਬਗੈਰ ਵਿਅਕਤੀਆਂ ਨੂੰ ਸਕੂਲ ਅੰਦਰ ਦਾਖਲ ਹੋਣ ਦੀ ਆਗਿਆ ਹੋਵੇਗੀ ਅਤੇ ਨਾਲ ਹੀ ਸਕੂਲਾਂ ਵੱਲੋਂ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾਣਗੇ ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਵਿਚਾਲੇ ਸੰਵਾਦ ਨੂੰ ਪੜਾਵਾਰ ਢੰਗ ਨਾਲ ਆਯੋਜਿਤ ਕੀਤਾ ਜਾਵੇ ਮੰਤਰਾਲੇ ਨੇ ਕਿਹਾ ਕਿ ਕਲਾਸਾਂ ਵਿੱਚ ਵਿਦਿਆਰਥੀਆਂ ਦੇ ਡੈਸਕ ਜਾਂ ਕੁਰਸੀਆਂ ਵਿਚਾਲੇ ਘੱਟੋ-ਘੱਟ 6 ਫੁੱਟ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਕੂਲ ਵਿੱਚ ਰਹਿੰਦੇ ਸਮੇਂ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਇਲਾਵਾ ਹੋਰ ਨਾ ਕਰਮਚਾਰੀਆਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਹਦਾਇਤਾਂ ਵਿੱਚ ਮੰਤਰਾਲੇ ਨੇ ਕਿਹਾ ਕਿ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੈਂਟੀਨ ਜਾਂ ਮੈਸ ਫਿਲਹਾਲ ਬੰਦ ਰੱਖੀ ਜਾਵੇ। ਨਿਰਦੇਸ਼ਾਂ ਮੁਤਾਬਕ ਪੜ੍ਹਾਈ ਸਮੇਤ ਹੋਰਨਾਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਦਰਮਿਆਨ ਸਰੀਰਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਆਨਲਾਈਨ ਟੀਚਿੰਗ ਜਾਂ ਟੈਲੀ ਕਾਉਂਸਲਿੰਗ ਨਾਲ ਜੁੜੇ ਮਲਟੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੀ 50% ਸਮਰੱਥਾ ਨੂੰ ਸਕੂਲ ਸੱਦੇ ਜਾਣ ਦੀ ਹਦਾਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਮੰਤਰਾਲਾ ਨੇ ਜਿੱਥੇ ਸੰਭਵ ਹੋ ਸਕੇ ਯੋਗਿਆ ਸੇਤੂ ਐਪ ਦੀ ਵਰਤੋਂ ਤੇ ਵੀ ਜ਼ੋਰ ਦਿੱਤਾ ਹਦਾਇਤਾਂ ਮੁਤਾਬਕ ਸਕੂਲ ਪ੍ਰਸ਼ਾਸਨ ਅਧਿਆਪਕਾਂ ਤੇ ਹੋਰ ਨਾ ਕਰਮਚਾਰੀਆਂ ਨੂੰ ਫੇਸ ਕਵਰ ਮਾਸਕ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਏਗਾ ਮੰਤਰਾਲੇ ਨੇ ਮਾਨਕ ਸੰਚਾਲਨ ਪ੍ਰਕਿਰਿਆ ਵਿੱਚ ਹਰੇਕ ਕਰਮਚਾਰੀ ਲਈ 4 ਵਰਗ ਮੀਟਰ ਦੀ ਜਗ੍ਹਾ ਰਾਖਵੀਂ ਰੱਖਣ ਦੀ ਵੀ ਹਦਾਇਤ ਕੀਤੀ ਹੈ ਨਿਰਦੇਸ਼ਾਂ ਵਿੱਚ ਸਕੂਲਾਂ ਨੂੰ ਦਿਨ ਦੇ ਅੰਤ ਵਿੱਚ ਜ਼ਿਆਦਾਤਰ ਛੂਹਣ ਵਾਲੀਆਂ ਥਾਵਾਂ ਨੂੰ ਸੈਨੀਟਾਈਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ ਸਕੂਲ ਦੀਆਂ ਵੈਹਨਾਂ ਜਾਂ ਬਸਾਂ ਵਿੱਚ ਵੀ ਸੁਰੱਖਿਆ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਮੰਤਰਾਲਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵਿੱਚ ਕੋਵਿਡ ਸਬੰਧੀ ਲੱਛਣ ਉੱਭਰਦੇ ਨੇ ਤਾਂ ਤੁਰੰਤ ਉਸ ਕਮਰੇ ਜਾਂ ਇਲਾਕੇ ਨੂੰ ਆਈਸੋਲੇਟ ਕਰਕੇ ਸਥਾਨਕ ਸਿਹਤ ਅਥਾਰਟੀਆਂ ਨੂੰ ਸੂਚਿਤ ਕੀਤਾ ਜਾਵੇ। ਜਨਤਾਧਲ ਯੁनाइटेड ਦੇ ਸੰਸਦ ਹਰੀਵੰਚ ਨੇ ਅੱਜ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਉਮੀਦਵਾਰ ਵਜੋਂ ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਾਜ ਸਭਾ ਦੇ ਲੀਡਰ ਥਾਵਰਚੰਦ ਗਹਿਲੋਤ ਅਤੇ ਐਨਡੀਏ ਦੇ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਵੀ ਮੌਜੂਦ ਸਨ ਸੰਸਦ ਦਾ ਮੌਨਸੂਨ اجلاس 14 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ ਜੋ 1 ਅਕਤੂਬਰ ਤੱਕ ਚੱਲੇਗਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਮੌਨਸੂਨ اجلاس ਦੇ ਪਹਿਲੇ ਦਿਨ ਕਰਵਾਏ ਜਾਣ ਦੀ ਸੰਭਾਵਨਾ ਹੈ। ਡਿਪਟੀ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਅਮਲ 7 ਸਤੰਬਰ ਨੂੰ ਸ਼ੁਰੂ ਹੋਇਆ ਜੋ 11 ਸਤੰਬਰ ਤੱਕ جاری ਰਹੇਗਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਦਾ ਅਹੁਦਾ ਹਰੀਵੰਸ਼ ਦੇ ਇਸ ਅਹੁਦੇ ਤੇ ਕਾਰਜਕਾਲ ਖਤਮ ਹੋਣ ਕਰਕੇ ਖਾਲੀ ਹੋਇਆ ਸੀ। 2018 ਵਿੱਚ ਹਰੀਵੰਸ਼ ਨੇ ਕਾਂਗਰਸ ਦੇ ਵੀ ਕੇ ਹਰੀਪ੍ਰਸਾਦ ਨੂੰ ਹਰਾ ਕੇ ਡਿਪਟੀ ਚੇਅਰਮੈਨ ਦੀ ਚੋਣ ਜਿੱਤੀ ਸੀ ਇਸ ਵਾਰ ਵੀ ਇਸ ਸੌਦੇ ਲਈ ਹਰੀਵੰਸ਼ ਦੇ ਚੁਣੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਭਾਜਪਾ ਦੇ 140 ਰਾਜ ਸਭਾ ਮੈਂਬਰਾਂ ਤੋਂ ਇਲਾਵਾ YSR ਕਾਂਗਰਸ, TRS ਅਤੇ BJD ਦਾ ਵੀ ਭਾਜਪਾ ਨੂੰ ਸਮਰਥਨ حاصل ਹੈ ਐਨਡੀਏ ਸਾਰੀਆਂ ਹੀ ਸਹਿਯੋਗੀ ਪਾਰਟੀਆਂ ਵਿਚਾਲੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਹਰੀਵੰਸ਼ ਦੀ ਚੋਣ ਆਮ ਸਹਿਮਤੀ ਨਾਲ ਹੋ ਸਕੇ ਦੇਸ਼ ਪਾਰ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਦੀ ਦਰ 77.7% ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ 3398843 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਜਦਕਿ 897394 ਮਰੀਜ਼ ਇਲਾਜ ਅਧੀਨ ਨੇ। ਬੀਤੇ ਦਿਨ 99706 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 1115 ਮਰੀਜ਼ਾਂ ਨੇ ਜਾਨ ਗਵਾਈ। ਕੋਵਿਡ-19 ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 73890 ਤੱਕ ਪਹੁੰਚ ਗਈ ਹੈ ਮੰਤਰਾਲਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ 4370000 ਦੇ ਆंकੜੇ ਨੂੰ ਪਾਰ ਕਰ ਗਈ ਹੈ ਕੋਵਿਡ-19 ਨਾਲ ਮੌਤ ਦੀ ਦਰ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਇਹ ਦਰ ਘਟ ਕੇ 1.69% ਤੇ ਪਹੁੰਚ ਗਈ ਹੈ ਭਾਰਤੀ ਮੈਡੀਕਲ ਖੋਜ ਪਰਿਸ਼ਦ ਅਨੁਸਾਰ ਦੇਸ਼ ਭਰ ਵਿੱਚ ਹੁਣ ਤੱਕ 5 ਕਰੋੜ 18 ਲੱਖ 4670 ਟੈਸਟ ਕੀਤੇ ਜਾ ਚੁੱਕੇ ਨੇ ਅਤੇ ਬੀਤੇ ਦਿਨ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਕੁੱਲ 1154549 ਟੈਸਟ ਕੀਤੇ ਗਏ। ਪੰਜਾਬ ਵਿੱਚ ਲਗਾਤਾਰ ਵਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਸਮੇਤ ਪਟਿਆਲਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਿਹਾ ਪ੍ਰਬੰਧਾਂ ਦੀ ਸਮੀਖਿਆ ਕੀਤੀ। ਓਪੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜ ਕੋਵਿਡ ਵਿਰੁੱਧ ਜੰਗ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ ਤੇ ਲੈਵਲ 2 ਤੇ ਲੈਵਲ 3 ਦੇ ਮਰੀਜ਼ਾਂ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਓਪੀ ਸੋਨੀ ਨੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕੋਵਿਡ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹਾਲਚਲ ਵੀ ਪੁੱਛਿਆ। ਅਤੇ ਇਲਾਜ ਪ੍ਰਬੰਧਾਂ ਮਾਰੇ ਉਹਨਾਂ ਦੀ ਰਾਏ ਪੁੱਛੀ ਓਪੀ ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਤਿੰਨ ਮੈਡੀਕਲ ਕਾਲਜਾਂ ਸਮੇਤ ਸੱਤ ਸਰਕਾਰੀ ਲੈਬਾਰਟਰੀਆਂ ਵਿੱਚ ਰੋਜ਼ਾਨਾ ਕੋਵਿਡ ਟੈਸਟਿੰਗ ਸਮਰੱਥਾ 20000 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 10 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਟੈਸਟਾਂ ਤੇ ਇਲਾਜ ਪ੍ਰਤੀ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਪ੍ਰਭਾਵ ਵਿੱਚ ਨਾ ਆਉਣ ਸਗੋਂ ਸਮੇਂ ਸਿਰ ਆਪਣੇ ਟੈਸਟ ਕਰਵਾ ਕੇ ਲੋੜ ਪੈਣ ਤੇ ਹਸਪਤਾਲ ਵਿੱਚ ਦਾਖਲ ਹੋਣ ਓਪੀਸੋਨੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਕੋਵਿਡ ਕਾਰਨ ਮੌਤਾਂ ਦਾ ਵੱਡਾ ਕਾਰਨ ਮਰੀਜ਼ਾਂ ਦਾ ਦੇਰੀ ਨਾਲ ਹਸਪਤਾਲਾਂ ਵਿੱਚ ਪਹੁੰਚਣਾ ਹੈ ਇਸ ਲਈ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਅਹਿਵਾਹਾਂ ਨੂੰ ਦਰਕਨਾਰ ਕਰਦਿਆਂ ਜ਼ਿੰਦਗੀ ਬਚਾਉਣ ਵੱਲ ਧਿਆਨ ਦੇਈਏ ਸਾਡੀਆਂ ਟੀਮਾਂ ਬਣੀਆਂ ਨੇ ਹੁਣ ਵੀ ਅਸੀਂ ਮੀਟਿੰਗ ਕੀਤੀ ਹੈ ਜਿਹੜੇ ਸੀਨੀਅਰ ਡਾਕਟਰ ਨੇ ਉੱਥੇ ਮੈਡੀਸਨ ਦੇ ਸਾਡੇ ਉਹ ਮੈਡਮ ਨੂੰ ਸਿਰਫ 5 ਮਿੰਟ ਬਾਅਦ ਤੋਂ ਬੁਲਾਇਆ ਕਿ ਦੁਕਾਨਾਂ ਤੇ ਪੇਸ਼ੇਵਰ ਦਾ ਨੁਕਸਾਨ ਨਾ ਹੋਵੇ ਅਸੀਂ ਇੱਥੋਂ ਤੱਕ ਸੋਚ ਰਹੇ ਹਾਂ ਪ੍ਰਿੰਸੀਪਲ ਮੈਂ ਪਹਿਲਾਂ ਇਧਰ ਵਾਕਿਆ ਸੀਗਾ ਕਿ ਤੁਸੀਂ ਜਦੋਂ ਮੀਟਿੰਗ ਸਟਾਰਟ ਹੋਣੀ ਆ 5-10 ਮਿੰਟ ਸਿਰਫ ਬੁਲਾਉਣਾ ਹੈ ਜਿਆਦਾ ਜਰ ਕਿਉਂਕਿ ਪੇਸ਼ੇਵਰ ਕਿਹੜੇ ਬਾਰੇ ਕੋਈ ਜ਼ਿਆਦਾ ਸਿੱਖ ਹੋ ਜਾਏ ਇਸ ਕਰਕੇ ਸਾਡਾ ਸਾਰੇ ਬੰਨੇ ਧਿਆਨ ਆ ਸਾਰੇ ਡਾਕਟਰ ਸੁਭਾ ਲਗੇ ਵੇਖੋ ਸਾਨੂੰ ਇਸ ਘੜੀ ਇਸ ਮੁਸ਼ਕਲ ਦੀ ਘੜੀ ਇਹ ਮਹਾਮਾਰੀ ਯਵਜੀਆ ਤੁਸੀਂ ਵੇਖੋ ਪਰਿਵਾਰਾਂ 'ਚ ਕਿਸੇ ਨੂੰ ਹੋ ਜਾਏ ਤੇ ਉਹਦੇ ਕੋਲ ਪੇਸ਼ੈਂਟ ਪੁਜਾਣਾ ਬੜਾ ਔਖਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਲੋਕਾਂ ਨੇ ਮੋਦੀ ਸਰਕਾਰ ਵੱਲੋਂ ਚੀਨ ਵਿਰੁੱਧ ਅਖਤਿਆਰ ਕੀਤੇ ਗਏ ਸਖਤ ਰੁਖ ਦਾ ਸਮਰਥਨ ਕੀਤਾ ਹੈ ਜਲੰਧਰ ਦੇ ਖਾਸ ਕਰਕੇ ਖੇਡਾਂ ਦੇ ਸਮਾਨ ਤਿਆਰ ਕਰਨ ਵਾਲੇ ਉਦਮੀਆਂ ਦਾ ਕਹਿਣਾ ਹੈ ਕਿ ਬਾਹਰਲੇ ਮੁਲਕਾਂ ਦੀਆਂ ਵਸਤਾਂ ਦੀ ਦਰਾਮਦ ਦੀ ਬਜਾਏ ਦੇਸ਼ ਵਿੱਚ ਬਣੀਆਂ ਵਸਤਾਂ ਨੂੰ ਪ੍ਰਮੋਟ ਕਰਨ ਨਾਲ ਉਹਨਾਂ ਨੂੰ ਲਾਭ ਹੋਵੇਗਾ ਜਲੰਧਰ ਦੇ ਖੇਡ ਸੰਤ ਦੇ ਕਾਰੋਬਾਰੀਆਂ ਨੇ ਦੂਰਦਰਸ਼ਨ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰ ਵਿੱਚ ਇਹਨਾਂ ਦਮ ਨਹੀਂ ਸੀ ਕਿ ਉਹ ਚੀਨ ਵਿਰੁੱਧ ਕੋਈ ਸਖਤ ਕਦਮ ਚੁੱਕ ਸਕੇ ਉਹਨਾਂ ਕਹਿੰਦੇ ਕਿ ਇਸ ਫੈਸਲੇ ਨਾਲ ਨਾ ਸਿਰਫ ਹਿੰਦੁਸਤਾਨ ਆਤਮ ਨਿਰਭਰ ਬਣੇਗਾ ਸਗੋਂ ਸਾਡੀਆਂ ਸੀਮਾਵਾਂ ਦੀ ਦਿਨ ਰਾਤ ਰਾਖੀ ਕਰਨ ਵਾਲੇ ਜਵਾਨਾਂ ਵਿੱਚ ਵੀ ਆਤਮ ਵਿਸ਼ਵਾਸ ਵਧੇਗਾ ਬਹੁਤ ਵਧੀਆ ਇੱਕ ਕਦਮ ਦੇਸ਼ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਜੋ ਚੱਕਿਆ ਹੈ ਆਪਣੇ ਬਾਰਡਰ ਦੀ ਰੱਖਿਆ ਦੇ ਮੁੱਦੇ ਉੱਤੇ ਔਰ ਦੇਸ਼ ਦੀ ਸੈਨਾ ਨੂੰ ਸਲੂਟ ਕਰਨਾ ਚਾਹੀਦਾ ਜਿਨ੍ਹਾਂ ਨੇ ਫਰੰਟ ਫੁੱਟ ਤੇ ਆ ਕੇ ਦੇਸ਼ ਦੀ ਇਕਤਾ ਨੂੰ ਅਖੰਡਤਾ ਨੂੰ ਬਣਾਉਣ ਦਾ ਪ੍ਰਯਾਸ ਕੀਤਾ ਹੈ ਮੈਂ ਵਪਾਰੀ ਹੋਣ ਦੇ ਨਾਤੇ ਕੋਈ ਗੱਲ ਕਰਾਂ ਤੇ ਇੱਕ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਜਾਗਰੂਤਾ ਜ਼ਰੂਰ ਪੈਦਾ ਹੋਈ ਹੈ ਕਿ ਜਿੰਦੇ ਵਿੱਚ ਦੇਸ਼ ਦੇ ਆਮ ਜਨमानस ਨੂੰ ਇਹ ਲੱਗਦਾ ਹੈ ਵੀ ਆਪਾਂ ਆਪਣੇ ਦੇਸ਼ ਦੇ ਬਣੀ ਹੋਈ ਚੀਜ਼ ਆਪਣੇ ਦੇਸ਼ ਦਾ ਬਣਿਆ ਪ੍ਰੋਡਕਟ ਯੂਜ਼ ਕਰਨਾ ਹੈ ਔਰ ਚਾਈਨਾ ਤੋਂ ਮੈਕਸਿਮਮ ਚੀਜ਼ਾਂ ਦਾ ਅਵੋਇਡ ਕਰਨਾ ਸੀ ਜਿਹੜੀਆਂ ਚਾਈਨਾ ਤੋਂ ਆਉਣ ਵਾਲੀਆਂ ਚੀਜ਼ਾਂ ਉਹਨੂੰ ਅਵੋਇਡ ਕਰਨਾ ਹੈ ਵਪਾਰਕ ਤੌਰ ਦੇ ਉੱਤੇ ਮੈਂ ਕਹਿਣਾ ਚਾਹਾਂਗਾ ਅਸੀਂ ਖੁਦ ਚਾਈਨਾ ਤੋਂ ਇੰਪੋਰਟ ਕਰਦੇ ਆ ਅਸੀਂ ਕਰਦੇ ਸੀਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਹੁਤ ਸਾਰੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਨਸੀਬ ਹੋਏ ਨੇ ਇਹਨਾਂ ਲੋਕਾਂ ਨੇ ਕੱਚੇ ਮਕਾਨਾਂ ਵਿੱਚ ਰਹਿੰਦੇ ਆ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕਦੇ ਉਹ ਪੱਕੇ ਮਕਾਨ ਵੀ ਹਾਸਲ ਕਰਨਗੇ ਗਰੀਬੀ ਕਾਰਨ ਇਹ ਲੋਕ ਸਿਰਫ ਦੋ ਵਕਤ ਦੀ ਰੋਟੀ ਦਾ ਹੀ ਜੁਗਾੜ ਕਰ ਸਕਦੇ ਸਨ। ਮੁਹਾਲੀ ਜ਼ਿਲ੍ਹੇ ਵਿੱਚ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਿਆਂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਹਾਸਲ ਹੋਏ ਨੇ। ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਜ਼ਿਲ੍ਹੇ ਦੇ ਖਾਨਪੁਰ ਪਿੰਡ ਵਿੱਚ ਕਈ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਪੱਕੇ ਮਕਾਨ ਦੀ ਸਹੂਲਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਹੇ ਕਿ ਹੁਣ ਸਾਨੂੰ ਠੰਡ, ਹਨੇਰੀ ਝੱਖੜ, ਬਰਸਾਤ ਅਤੇ ਮੱਖੀ-ਮੱਛਰ ਦੀ ਚਿੰਤਾ ਨਹੀਂ ਹੈ ਤੇ ਪੱਕੇ ਮਕਾਨ ਮਿਲਣ ਨਾਲ ਉਹਨਾਂ ਦਾ ਜੀਵਨ ਸੁਖਾਲਾ ਹੋ ਗਿਆ ਹੈ। ਪਰਧਾਨ ਮੰਤਰੀ ਵਾਜੋਜਨਾ ਵਿੱਚ ਮੇਰਾ ਮਕਾਨ ਕੱਚਾ ਸੀਗਾ ਜੀ ਮੈਂ ਪੱਕਾ ਕਰਿਆ ਜਿਹਦੀਆਂ ਮਨੂੰ ਦੋ ਕਿਸ਼ਤਾਂ ਨਹੀਂ ਆਈਆਂ ਜੀ 34660 ਰੁਪਏ ਦੇ ਮਨੂੰ ਚਾੜ੍ਹ ਜੀ ਪ੍ਰਧਾਨ ਵਸਤਿ ਯੋਜਨਾ ਤੋਂ ਸਾਡਾ ਮਕਾਨ ਕੱਚੇ ਤੋਂ ਪੱਕਾ ਹੋ ਗਿਆ ਤੇ ਦੋ ਕਿਸ਼ਤਾਂ ਆ ਗਈਆਂ ਹਾਂਜੀ ਤੇ ਆਪਣਾ 1.5 ਲੱਖ ਮਿਲਣਾ ਤੇ ਸਾਡੀਆਂ ਦੋ ਕਿਸ਼ਤਾਂ ਆ ਗਈਆਂ 50-50 ਹਜ਼ਾਰਾਂ ਦੀ ਦੋ ਕਿਸ਼ਤਾਂ ਆ ਗਈਆਂ ਉਨ ਪਹਿਲਾਂ ਨਾਲ ਦਾ ਜੀ ਬਹੁਤ ਜ਼ਿਆਦਾ ਫਰਕ ਆਇਆ ਜੀ। ਮੋਦੀ ਜੀ ਦਾ ਦੇਖੋ ਜੀ ਦਿਲੋਂ ਧੰਨਵਾਦ ਕਰਦੇ ਆਂ ਜਿਵੇਂ ਸਾਡੀ ਇੰਨੀ ਇਹਨਾਂ ਖਬਰਾਂ ਦੇ ਨਾਲ ਹੀ ਬੁਲੇਟਿਨ ਦੀ ਸਮਾਪਤੀ ਧੰਨਵਾਦ।